ਹਾਂ ਜੀ ਜਨਾਬ ਇਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਤੇਲ ਜ਼ਮੀਨ ਵਿੱਚ ਕੱਢਿਆ ਜਾਂਦਾ ਐਵੇਂ ਦੇ ਪਾ ਤੇਲ ਨਿਕਲਦਾ ਪਿਆ ਜਿੱਥੇ ਤੇਲ ਨਿਕਲਦਾ ਇਹ ਤੇਲ ਬਾਈਸੈਲਫ ਨਿਕਟਦੀਆਂ ਨੇ ਮਸ਼ੀਨਾਂ ਪਈਆਂ ਉੱਤੇ ਵੇਦੇ ਪੇ ਬੰਦਾ ਕੋਈ ਬੰਦਾ ਨਹੀਂ ਉੱਤੇ ਖਲੋਤੇ ਆ ਠੀਕ ਏ ਇੱਕ ਇਧਰ ਨਹੀਂ ਸਿਰਫ ਇਹ ਹੁਣ ਤਿੰਨ ਕਟੀਆਂ ਲੱਗੀਆਂ ਨੇ ਇਹ ਨਹੀਂ ਸਿਰਫ ਕਟਦੀਆਂ ਪਈਆਂ ਕਿ ਸਿਰਫ ਇੱਕ ਇਕਲੋਤੀਆਂ ਇਹ ਮਸ਼ੀਨਾਂ ਨਹੀਂ ਲੱਗੀਆਂ ਹੋਰ ਵੀ ਇਧਰ ਬੜੀਆਂ ਸਾਰੀਆਂ ਨੇ ਹੋਰ ਵੀ ਤੁਹਾਨੂੰ ਉਹ ਹਨੇ ਆ ਇਧਰ ਜਨਾਬ ਇਧਰਲੀ ਸਾਈਡ ਤੇ ਆਵੋ ਇਧਰ ਇਹ ਵੇਖੋ ਇਧਰ ਵੀ ਮਸ਼ੀਨ ਲੱਗੀ ਏ ਠੀਕ ਹੈ ਇਹ ਵੀ ਮਸਲਸਲੇ ਹੀ ਕੰਮ ਕਰਦੀ ਹੈ ਭਈ ਠੀਕ ਹੈ ਇੱਕ ਨਹੀਂ ਇਥੇ ਬੜੀ ਚੱਪੇ ਚੱਪੇ ਤੇ ਜਾਗੀਆਂ ਨੇ ਬੜੀ ਜੀ ਮਸ਼ੀਨ ਲੱਗੀ ਐ ਇਸ ਏਰੀਏ ਦੇ ਵਿੱਚ ਔਰ ਜਨਾਬ ਇਸ ਇਲਾਕੇ ਨੂੰ ਫਿਰ ਬਿਜਲੀ ਦੇਣ ਵਾਸਤੇ ਵੀ ਉਹਨਾਂ ਇੱਕ ਇਲਾਕਾ ਪੂਰਾ ਰੱਖਿਆ ਉੱਥੇ ਵੀ ਕੋਈ ਬੰਦਾ ਨਹੀਂ ਐ ਵੇਖੋ ਇਹ ਇਸ ਦਾ ਸਮਝੋ ਕਿ ਗ੍ਰਿਡ ਸਟੇਸ਼ਨ ਐ ਇਸ ਇਲਾਕੇ ਦਾ ਇਹ ਜੋ ਵੀ ਇਹ ਬਿਜਲੀ ਜਿਹੜੀ ਪਹਚਾਂਦਾ ਐ ਇਸ ਏਰੀਆ ਇਲਾਕੇ ਨੂੰ ਐ ਵੇ ਜ਼ਾਰੀ ਗੱਲ ਐਥੇ ਮਿੰਡਰਸ ਕਰਨ ਵਾਸਤੇ ਤੇ ਉਹਨਾਂ ਬੰਦੇ ਰੱਖੇ ਹੋਣੇ ਨੇ ਲੇਕਿਨ ਐਸ ਟਾਈਮ ਐਸ ਪੂਰੇ ਮੈਦਾਨ ਦੇ ਵਿੱਚ ਜਿੱਥੇ ਮੈਂ ਲਗਾ ਫਿਰਨਾ ਵਾ ਵੀਡੀਓ ਬਣਾਣਾ ਵਾ ਮਨ ਨੂੰ ਕੋਈ ਬੰਦਾ ਨਹੀਂ ਨਜ਼ਰ ਆਇਆ ਠੀਕ ਹੈ ਮੈਂ ਗੱਡੀ ਤੇ ਆ ਇਹ ਵੀਡੀਓ ਬਣਾਣਾ ਪਿਆ ਜਨਾਬ ਐਸ ਏਰੀਏ ਦੀ ਤੇ ਮਨ ਨੂੰ ਕੋਈ ਬੰਦਾ ਨਹੀਂ ਇੱਥੇ ਨਜ਼ਰ ਆਇਆ ਕਿ ਜਿਹੜਾ ਬੰਦਾ ਕੋ ਨਜ਼ਰ ਆਵੇ ਤੇ ਜ਼ਾਰੀ ਗੱਲ ਮੈਂ ਵੀ ਵੇਖਾਂਗਾ ਆਖਾਂ ਠੀਕ ਹੈ ਇਹ ਗ੍ਰੀਡ ਸਟੇਸ਼ਨ ਹੈ ਇਧਰ ਮਸ਼ੀਨਾਂ ਲੱਗੀਆਂ ਇਧਰ ਆਓ ਅੱਗੇ ਤੁਹਾਨੂੰ ਹਨਾ ਵਾ ਜਨਾਬ ਅੱਗੇ ਇਧਰ ਵੇਖੋ ਇਹ ਜਨਾਬ ਰੇਲਵੇ ਵੇ ਐਸ ਜਿਹੜਾ ਇੱਥੋਂ ਤੇਲ ਨਿਕਲਦਾ ਹੈ ਉਹਨੂੰ ਫਿਰ ਤੇਲ ਲੈ ਕੇ ਜ਼ਾਹਰੀ ਗੱਲ ਹੈ ਕਿ ਤੇਲ ਜਿਹੜਾ ਜ਼ਮੀਨ 'ਚ ਨਿਕਲਦਾ ਉਹ ਸਾਫ਼ ਨਹੀਂ ਹੁੰਦਾ ਉਹਨੂੰ ਫਿਰ ਸਾਫ਼ ਕਰਨ ਵਾਸਤੇ ਰਿਫਾਇਨਰੀ 'ਚ ਖੜਿਆ ਜਾਂਦਾ ਉੱਥੇ ਸਾਫ਼ ਸੁਫ ਕੀਤਾ ਜਾਂਦਾ ਹੈ ਸਾਫ਼ ਕਰਕੇ ਤੇ ਫਿਰ ਅੱਗਾ ਜਿਹੜਾ ਉਹ ਸਪਲਾਈ ਹੁੰਦਾ ਹੈ ਇਹਦੇ ਜੇ ਲੋਕ ਇਹਦੇ ਚੋਂ ਹੋਰ ਵੀ ਬੜੇ ਮਾਮਲਾ ਤੋਂ ਹੁੰਦੇ ਨੇ ਤੇਲ 'ਚ ਨਿਕਲਦੇ ਨੇ ਉਹ ਸ਼ਾਇਦ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਵਧਿਆ ਮਸ਼ੀਨਾਂ ਲੱਗੀਆਂ ਨੇ ਇਹ ਵੀ ਇੱਕ ਲੱਗੀ ਹੈ ਵਿੰਦੇ ਪੇ ਇਹ ਥਾਂ-ਥਾਂ ਤੇ ਲੱਗੀਆਂ ਨੇ ਬਰਲ ਹੁਣ ਵਾਸਤੇ ਨਹੀਂ ਅੱਲਾਹ ਹਾਫਿਜ਼